ਮਿੱਤਰੋ ਅਤੇ ਲੱਡੂਆਂ ਦਾ ਆਪਣਾ ਕੰਮ ਆਹ ਕੜਾਹਾ ਆਪਾਂ ਭਰ ਕੇ ਕੱਢਿਆ ਅਤੇ ਬਣ ਗਿਆ। ਮਾਮੀ ਵੱਟਤੇ ਲੱਡੂ ਹੈ ਮਾਮਾ ਕੱਢਤਾ ਹੋਰ ਤੁਹਾਡਾ ਪੂਰਾ ਤੁਹਾਡੇ ਮੂਹਰੇ ਪਿਆ ਸੀ। ਇਹ ਪਹਿਲਾਂ ਸਾਨੂੰ ਅੱਖਾਂ ਕੱਢਦਾ ਸੀ ਕੜਾਹਾ ਅਤੇ ਹੁਣ ਇਹ ਕਹਿੰਦਾ ਮੇਰੀ ਜਾਨ ਬਖਸ਼ ਅਤੇ ਬਾਕੀ ਇਹਦਾ ਵੜਦਾ ਅਤੇ ਉੱਧਰ ਹਲਵਾਈ ਆਪਣਾ ਗੌਣਾ ਸਿੰਘ ਉੱਧਰ ਬੈਠੇ ਚੌਂਕੀਦਾਰ ਅਤੇ ਹਲਵਾਈ ਖੁਰਮਿਆਂ ਦੀ ਤਿਆਰੀ ਕਰ ਰਿਹਾ। ਹਾਂਜੀ ਦੱਸੋ ਜੀ ਇੱਧਰ ਉੱਤੇ ਮੂੰਹ ਕਰਕੇ ਆਹ ਨਾਲ ਨਾਲ ਕਟਿੰਗ ਹੋ ਰਹੀ ਹੈ ਇਹਦੀ। ਇਹ ਆਪਾਂ ਹੁਣ ਕੀ ਤਿਆਰ ਕਰ ਰਹੇ ਹਾਂ? ਸ਼ਕਰਪਾਰੇ ਅਤੇ ਉਹ ਜਿਹੜੀਆਂ ਪਕੌੜੀਆਂ ਕੱਢੀਆਂ ਨੇ ਅੰਦਰ ਉਹ ਮਿੱਠੀਆਂ ਅਤੇ ਇੱਕ ਨਮਕੀਨ ਪਕੌੜੀਆਂ ਰਹਿਗੀਆਂ ਨਾ। ਲਓ ਜੀ ਇਹ ਆਪਾਂ ਬਸ ਹੁਣ ਬਸ ਇਹ ਫਰਾਈ ਕਰਨੇ ਰਹਿ ਗਏ, ਉਦੋਂ ਬਾਅਦ ਇਹਨਾਂ ਨੂੰ ਸਿੱਟਾਂਗੇ ਚਾਸ਼ਨੀ 'ਚ ਅਤੇ ਆਹ ਮਾਮੀ ਕੰਮ ਕਰਦੀ ਫਿਰਦੀ ਆ। ਅਤੇ ਆਹ ਲੱਡੂਆਂ ਦਾ ਤਾਂ ਆਪਣਾ ਇੱਥੋਂ ਅੱਧਾ ਕੜਾਹਾ ਇਹ ਰਹਿ ਗਿਆ ਅਤੇ ਬਾਕੀ ਆਹ ਬੈਠੇ ਨੇ ਆਪਣੇ ਖਾਸ ਬੰਦੇ। ਆਹ ਕਿੱਡਾ ਲੱਡੂ ਇਹਨੇ ਵੱਡਾ ਸਾਈਜ਼ ਬਣਾ ਤਾ ਇੱਕ ਲੱਡੂ। ਆਹ ਵਰਿੰਦਰ ਦਾ ਮੁੰਡਾ ਏਕਮ ਆ, ਇਹ ਪੂਰੀ ਸੇਵਾ ਨਿਭਾ ਰਿਹਾ ਅਤੇ ਉਹ ਕੱਢੀਆਂ ਨੇ ਪਕੌੜੀਆਂ। ਇਹਨਾਂ ਦਾ ਵੀ ਹਲੇ ਮਿੱਠਾ ਕਰਨਾ ਕੰਮ, ਇਹ ਹਲੇ ਰਹਿੰਦੀਆਂ ਨੇ ਅਤੇ ਬਾਕੀ ਇੱਧਰ ਤਾਂ ਅਸੀਂ ਚਿਣਤੇ ਲੱਡੂ। ਆਹ ਅਸੀਂ ਕਰਤਾ ਖਾਲੀ ਕੰਮ, ਆਹ ਨਾਗ ਬੈਠਾ ਸਾਡਾ ਅਤੇ ਆਹ ਜਿੰਨੇ ਏਕਮ ਨੇ ਲੱਡੂ ਚਿਣੇ ਨੇ ਐਨ ਪੂਰੇ ਵਧੀਆ ਲੱਡੂ ਚਿਣਤੇ। ਅਤੇ ਲੱਡੂਆਂ ਦਾ ਵੀ ਸਾਡਾ ਹੋ ਗਿਆ ਕੰਪਲੀਟ ਅਤੇ ਨਾਲ ਨਾਲ ਹੁਣ ਆਹ ਬੰਦੇ ਬੈਠੇ ਨੇ ਜਿਹੜੇ ਸਪੈਸ਼ਲ ਆਏ ਅਤੇ ਖਜਾਤ ਵੱਗ ਗਿਆ, ਮੂੰਹਣਾ ਵੱਗ ਗਿਆ, ਉਹ ਆ ਰਹੇ ਨੇ, ਉਹਨਾਂ ਨੂੰ ਕੰਮ ਪੈ ਗਿਆ ਸੀ। ਅਤੇ ਆਹ ਰੁਪਿੰਦਰ ਵੀ ਲੱਡੂ ਚਿਣ ਕੇ ਆ ਰਿਹਾ ਉੱਥੇ। ਲਓ ਅਤੇ ਇੱਥੇ ਆਪਣਾ ਹੁਣ ਅੱਜ ਭਾਜੀ ਦਾ ਜਿਹੜਾ ਸਾਰਾ ਕੰਮ ਹੋਜੂ ਕੰਪਲੀਟ ਅਤੇ ਬਸ ਹੁਣ ਸਾਡਾ ਭਾਜੀ ਦਾ ਥੋੜ੍ਹਾ ਥੋੜ੍ਹਾ ਕੰਮ ਰਹਿ ਗਿਆ। ਅਸੀਂ ਬਣਾਈ ਆ ਪੂਰੀ 2 ਕੁਇੰਟਲ ਮਿਸਤਰੀ ਜੀ, 1 ਕੁਇੰਟਲ 70-80 ਕਿਲੋ, 20 ਕਿਲੋ ਘੱਟ 2 ਕੁਇੰਟਲ ਭਾਜੀ ਪਕਾਤੀ ਅੱਜ। ਲੈ ਵੀ ਹਾਂ ਮਾਮੀ ਤੂੰ ਦੱਸ। ਪਾਲ ਦੀ ਕੁੜੀ ਦਾ ਭਾਈ ਵਿਆਹ ਇਹ 5 ਲੱਡੂ ਇਕੱਠੇ ਖਾਂਦੀ ਆ, ਜਿਹੜਾ ਖਾਂਦੀ ਆ ਇੱਕ ਘੱਟ ਨਹੀਂ ਖਾਂਦੀ। ਅੱਛਾ ਪੂਰੇ 5 ਖਾਂਦੀ ਆ? ਠੀਕ ਆ। ਇਹ ਇੰਨੀ ਭੁੱਖੜ ਹੈ ਵੀ ਮਾਂ ਕੁੜੀ ਦੀ ਉਹ ਫਿਰਦੀ ਆ, ਉਹ ਵੀ ਸਾਈਡ ਤੇ ਮਿੱਠੇ ਮਿੱਠੇ ਦੰਦ ਕੱਢਦੀ। ਆਹ ਮਾਮਾ ਲੱਗਿਆ ਵਾ, ਮਾਮੇ ਨਾਲ ਰੱਖਿਆ ਹੋਇਆ, ਇਹਨੂੰ ਥੋੜ੍ਹਾ ਜਿਹਾ ਜ਼ਿਆਦਾ ਹਿਸਾਬ ਆ ਦੇਖ, ਇਹਨੇ ਨਾਲ ਰੱਖਿਆ ਪਾਣੀ ਦਾ ਗਲਾਸ, ਥੋੜ੍ਹਾ ਥੋੜ੍ਹਾ ਪਾਣੀ ਤਾਂ ਉਹਦਾ ਨਾਲ ਨਾਲ ਵਰਤੀ ਜਾਂਦਾ ਲੱਡੂ। ਜੁੜਦੇ ਨੇ ਚਲੋ ਜੀ। ਲਓ ਹੁਣ ਸਾਡਾ ਭਾਜੀ ਦਾ ਹੋ ਗਿਆ ਕੰਮ ਕੰਪਲੀਟ, ਬਾਵਾਂ ਤਾਂ ਥੋੜ੍ਹਾ ਮੋਟਾ ਰਹਿ ਗਿਆ, ਉਹ ਅਸੀਂ ਹੁਣ ਮਾਤਾ ਦਿਖਾਉਂਦੇ ਨਹੀਂ, ਇਹ ਵੀਡੀਓ ਭਾਜੀ ਵਾਲੀ ਇੰਨੀ ਕੁ ਪਾਵਾਂਗੇ ਅਤੇ ਬਾਕੀ ਅੱਗੇ ਤੁਹਾਨੂੰ ਦਿਖਾਵਾਂਗੇ ਜਿੱਦਣ ਡੀਜੇ ਡੂਜੇ ਲੱਗੇ। ਵਿਆਹ ਤਾਂ ਜਿਹੜਾ ਮਰਜ਼ੀ ਆਏ ਸਾਰੇ ਪਿੰਡ ਨੂੰ ਤਾਂ ਆਪਾਂ ਸੱਦਾ ਦੇ ਤਾ ਕਿ ਨਹੀਂ? ਹਾਂ ਪੈਲਸ ਵੀ ਦੱਸ ਦੇ ਕਿਹੜਾ ਹੁਣ, 500-500 ਰੁਪਿਆ ਨਿਆ ਆਹ ਸਾਗਲ ਇੱਕ ਇੱਕ ਪਲੇਟ ਚੱਕਣੀ ਖਾਣ। ਅੱਛਾ ਤੇ ਪੈਲਸ ਕਿਹੜਾ? ਆਹ ਸੀਟਾ ਵਾਲਾ। ਹਾਂ ਬਸ ਠੀਕ ਆ, ਓਕੇ। ਕੰਨਿਆ ਦਾ ਵਿਆਹ ਭਾਈ ਕੰਨਿਆ ਦਾ ਜ਼ਰੂਰ ਕਰਨਾ। ਹਾਂ ਉਹ ਤਾਂ ਕਰਨਾ ਹੀ ਕਰਨਾ। ਓਕੇ।